ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਨੇ ਸਾਰਿਆਂ ਦੇ? ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਸੋ ਦੋਸਤੋ, ਅੱਜ ਤੁਹਾਨੂੰ ਦਿਖਾਵਾਂਗੇ ਜੀ ਜਿੱਥੇ ਮੈਂ ਬਹੁਤ ਟਾਈਮ ਰਿਹਾ, ਉਹ ਏਰੀਆ ਬੜੇ ਟਾਈਮ ਤੋਂ ਮੇਰਾ ਸੁਪਨਾ ਸੀ ਕਿ ਇੱਧਰ ਵੀ ਆ ਕੇ ਇੱਕ ਵੀਡੀਓ ਬਣਾਈ, ਉਹ ਪਿੱਛੇ ਰਹਿ ਗਿਆ ਜੀ, ਦਨੂ ਮੈਟਰੋ ਸਟੇਸ਼ਨ। ਸੋ ਮੈਂ ਅੱਜ ਆਇਆ ਹੈਗਾ ਜੀ ਜੱਬਲ ਅਲੀ ਏਰੀਆ। ਇੱਥੇ ਮੇਰੇ ਬਹੁਤ ਸਾਰੇ ਦੋਸਤ ਹੈ ਅਤੇ ਬਹੁਤ ਸਾਰਾ ਟਾਈਮ ਦਿੱਤਾ ਅਤੇ ਦਿਖਾਉਂਦੇ ਆ ਜਿੱਥੇ ਦਾ ਏਰੀਆ ਪੂਰਾ। ਚਲੋ ਜੀ, ਲਓ ਜੀ, ਅੱਜ ਅਸੀਂ ਘੁੰਮ ਰਹੇ ਹੈਗੇ ਜੀ ਜੱਬਲ ਅਲੀ ਏਰੀਏ 'ਚ, ਨਾਲ ਸਾਡਾ ਭਰਾ ਅਨਵਰ, ਮੁਹੰਮਦ ਅਨਵਰ ਹੈਗਾ ਭਾਅ ਜੀ, ਇੰਡੀਆ ਤੋਂ, ਪੰਜਾਬ ਤੋਂ ਹੀ ਆ। ਕਿਹੜੀ ਜਗ੍ਹਾ ਤੋਂ ਭਾਅ ਜੀ? ਪੰਜਾਬ ਜਲੰਧਰ ਸਿਟੀ। ਜਲੰਧਰ ਤੋਂ ਆ ਭਾਅ ਜੀ ਹੁਣੀ, ਅਤੇ ਮੈਂ ਸੋਚਿਆ ਸੀ ਅੱਜ ਘੁੰਮ ਕੇ ਆਉਂਦੇ ਹਾਂ ਜੱਬਲ ਅਲੀ ਏਰੀਏ 'ਚ, ਅਤੇ ਬਹੁਤ ਟਾਈਮ ਬਾਅਦ ਬਲੌਗ ਵਗੈਰਾ ਸ਼ੁਰੂ ਕੀਤੇ ਆ, ਹੁਣ ਹੌਲੀ ਹੌਲੀ ਦੁਬਈ ਦਾ ਪੂਰਾ ਰਾਊਂਡ ਮਾਰਨਾ ਆ, ਦੇਖਦੇ ਹਾਂ ਕਿੱਥੇ ਕਿੱਥੇ ਤੱਕ ਜਾਂਦੇ ਆ। ਤੁਹਾਨੂੰ ਕਿੱਦਾਂ ਲੱਗਦਾ ਰੋਜ਼ ਇੱਥੇ? ਹੈਂ, ਰੋਜ਼ ਵਧੀਆ ਰੌਣਕ ਮੇਲੇ ਬਹੁਤ ਆ, ਜੱਬਲ ਅਲੀ ਦਾ ਏਰੀਆ ਜਿਹੜਾ ਕਿ ਇੱਥੇ ਪੂਰੀ ਜਿੰਨੇ ਵੀ ਦੁਬਈ ਦੇ ਵਿੱਚ ਕੰਮ ਕਰਦੇ ਨੇ ਲੇਬਰ ਤੇ ਆਹ ਦੇਖੋ ਡਰਾਈਵਰ ਤੇ ਹੋਰ ਛੋਟੇ ਛੋਟੇ ਕੰਮ ਕਰਦੇ ਨੇ ਜਿੰਨੇ ਵੀ, ਉਹ ਸਾਰੇ ਇੱਥੇ ਰਹਿੰਦੇ ਨੇ, ਉਹਨਾਂ ਦੀ ਅਕੋਮੋਡੇਸ਼ਨ ਇੱਥੇ ਹੀ ਹੈਗੀ ਹੈ, ਰਹਿਣੇ ਦਾ ਸਾਰਾ ਬੰਦੋਬਸਤ ਇੱਥੇ ਹੈ, ਕੰਪਨੀ ਨੇ ਮੋਸਟਲੀ ਇੱਥੇ ਕੀਤਾ ਹੈ। ਸੋ ਏਸੀ ਏਰੀਆ ਦੇ ਵਿੱਚੋਂ ਬਹੁਤ ਸਾਰੇ ਲੋਕ, ਕੋਈ ਕੈਨੇਡਾ ਚਲਾ ਗਿਆ, ਕੋਈ ਅਮਰੀਕਾ ਚਲਾ ਗਿਆ, ਕੋਈ ਯੂਰਪ ਚਲਾ ਗਿਆ, ਕੋਈ ਹਜੇ ਵੀ ਇੱਥੇ ਹੀ ਸਰਵਾਈਵ ਕਰ ਰਿਹਾ। ਸੋ ਇਹ ਜਿਹੜਾ ਏਰੀਆ ਜੀ ਬੜਾ ਵਧੀਆ, ਦੇਖੋ ਲੇਬਰ ਜਿੰਨੀ ਵੀ ਨਾ ਇੱਥੇ ਹੀ ਰਹਿੰਦੀ ਹੈ। ਬਾਕੀ ਇਸ ਏਰੀਆ ਦੇ ਵਿੱਚ ਮੈਂ ਵੀ ਬਹੁਤ ਟਾਈਮ ਸਪੈਂਡ ਕੀਤਾ, ਕੁਛ ਇੱਦਾਂ ਦਾ ਏਰੀਆ। ਹੁਣ ਜਿਹੜੇ ਲੋਕ ਬਾਹਰੋਂ ਆਪਣਾ ਦੇਸ਼ ਤੋਂ ਇੱਥੇ ਕੰਮ ਕਰਨ ਆਉਂਦੇ ਆ, ਸੋ ਇੱਦਾਂ ਦੇ ਏਰੀਆ 'ਚ ਰਹਿੰਦੇ ਆ ਜੀ, ਆ ਪੂਰੇ ਇੱਦਾਂ ਦੇ ਕੈਂਪ ਬਣੇ ਹੋਏ ਆ, ਮੋਸਟਲੀ ਸਾਰਿਆਂ ਨੂੰ ਪਤਾ ਆ। ਮੈਨੂੰ ਤਾਂ ਇੱਥੇ ਵਧੀਆ ਲੱਗਦਾ ਕਿਉਂਕਿ ਮੈਂ ਵੀ ਬਹੁਤ ਟਾਈਮ ਇੱਥੇ ਸਪੈਂਡ ਕੀਤਾ। ਸੋ ਇੱਦਾਂ ਦੀਆਂ ਸ਼ੋਪਸ ਹੈਗੀਆਂ ਆ, ਇੱਦਾਂ ਦੇ ਘਰ ਹੈਗੇ ਆ, ਸੋ ਆਹ ਪੂਰਾ ਏਰੀਆ ਜੱਬਲ ਅਲੀ ਏਰੀਆ ਦਾ। ਸੋ ਦੋਸਤੋ, ਕਿਸੇ ਨੇ ਸੱਚ ਹੀ ਕਿਹਾ ਕਿ ਜਿਹੜੇ ਬੰਦੇ ਨੇ ਦੁਬਈ ਦੇ ਵਿੱਚ ਰਹਿਣਾ ਸਿੱਖ ਲਿਆ ਨਾ, ਉਹ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਰਹਿ ਸਕਦਾ। ਸੋ ਇਹ ਜਿਹੜਾ ਏਰੀਆ ਆ, ਇੱਧਰ ਆ ਕੈਂਪਾਂ ਦੇ ਪਿਛਲੇ ਪਾਸੇ ਮੈਂ ਪਹਿਲਾਂ ਰਹਿੰਦਾ ਹੁੰਦਾ ਸੀ, ਕਾਫੀ ਟਾਈਮ ਰਿਹਾ। ਸੋ ਇਹ ਥੋੜ੍ਹਾ ਹੁਣ ਮੈਂਟੈਨੈਂਸ ਦਾ ਕੰਮ ਚੱਲਦਾ ਪਿਆ ਆ। ਸੋ ਮੈਂ ਕਹਿੰਦਾ ਸੀ ਦੁਨੀਆ ਦੇ ਉਹ ਕਿਸੇ ਵੀ ਕੋਨੇ 'ਤੇ ਰਹਿ ਸਕਦਾ ਜਿਹੜਾ ਬੰਦਾ ਇੱਕ ਵਾਰ ਦੁਬਈ 'ਚ ਰਹਿ ਗਿਆ। ਸੋ ਇੱਥੇ ਦੀ ਜਿਹੜੀ ਮੇਨ ਮਾਰਕੀਟ ਆ ਉਹ ਆਹ ਵਾਲੀ ਹੈਗੀ ਆ ਨੈਸਟੋ ਮਾਰਕੀਟ, ਇਹ ਬਹੁਤ ਮਸ਼ਹੂਰ ਆ। ਜਿਹੜੇ ਬੰਦੇ ਇੱਥੇ ਦੁਬਈ 'ਚ ਰਹਿ ਗਏ, ਰਹਿੰਦੇ ਪਏ ਆ ਜਾਂ ਰਹਿ ਕੇ ਚਲੇ ਗਏ ਆ, ਉਹ ਇਸ ਚੀਜ਼ ਨੂੰ ਦੇਖ ਕੇ ਜ਼ਰੂਰ ਲਾਈਕ ਕਰਨਗੇ, ਉਹਨਾਂ ਨੂੰ ਪਤਾ ਆ ਵੀ ਇਹ ਕਿੱਥੇ ਆ। ਇੱਥੋਂ ਹੀ ਦੁਬਈ ਤੋਂ ਲੋਕ ਸਮਾਨ ਲੈ ਕੇ ਜਾਂਦੇ ਆ ਆਪਣੀ ਫੈਮਿਲੀਆਂ ਲਈ ਮਾਰਕੀਟ ਤੋਂ, ਅਤੇ ਬਹੁਤ ਵੱਡੀ ਮਾਰਕੀਟ ਹੈਗੀ, ਬਹੁਤ ਪੁਰਾਣੀ ਵੀ ਹੈ, ਇਸ ਕਰਕੇ ਮਸ਼ਹੂਰ ਹੈ। ਪਾਰਕੋ, ਨੈਸਟੋ ਅਤੇ ਇੱਥੇ ਮਦੀਨਾ ਮਾਰਕੀਟ, ਹੋਰ ਬਹੁਤ ਸਾਰੀਆਂ ਪੈਸ਼ਨ ਵੀ ਆ, ਬਹੁਤ ਸਾਰੀਆਂ ਮਾਰਕੀਟ ਆ, ਬਹੁਤ ਲੋਕ, ਤਰ੍ਹਾਂ ਤਰ੍ਹਾਂ ਦੇ ਲੋਕ ਰਹਿੰਦੇ ਆ ਇੱਥੇ। ਅਤੇ ਇੱਥੇ ਰਹਿ ਕੇ ਬੰਦਾ ਨਾ ਜੀਣੇ ਦੀ ਅਸਲੀ ਜਾਂਚ ਹੁੰਦੀ ਨਾ ਜਿਹੜੀ, ਉਹ ਸਿੱਖ ਜਾਂਦਾ ਆ। ਅਤੇ ਵੱਡੇ ਵੱਡੇ ਬੰਦੇ ਜਿਹੜੇ ਕਹਿੰਦੇ ਨਾ ਬਹੁਤ ਨਾਡੂ ਖਾਂ ਹੁੰਦੇ ਆ ਆਪਣੇ ਇੰਡੀਆ ਪਾਕਿਸਤਾਨ ਜਾਂ ਕਿਤੇ ਵੀ, ਇੱਥੇ ਆ ਕੇ ਐਨ ਸਿੱਧੇ ਹੋ ਜਾਂਦੇ ਆ ਉਹ ਇਸ ਏਰੀਆ ਦੇ ਵਿੱਚ ਆ ਕੇ। ਸੋ ਆਹ ਏਰੀਆ ਅਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਰਹਿੰਦੇ ਆ ਲੇਬਰ ਵਾਲੇ, ਸੋ ਏਰੀਆ ਬਹੁਤ ਵੱਡਾ ਆ ਅਤੇ ਇੰਜੋਏ ਵੀ ਬਹੁਤ ਆ ਇੱਥੇ। ਆਪਣੇ ਬੰਦਾ ਲਾਈਫ ਸਟਾਈਲ ਵਧੀਆ ਤਰੀਕੇ ਨਾਲ ਜੀ ਸਕਦਾ ਅਗਰ ਕੰਮ ਕਰਨਾ ਚਾਹੋ। ਸੋ ਹੁਣ ਸਾਰਾ ਏਰੀਆ, ਕਾਫੀ ਟਾਈਮ ਹੋ ਗਿਆ, ਰਾਤ ਦਾ ਟਾਈਮ ਆ ਕਿਉਂਕਿ ਮੇਰੇ ਕੋਲ ਟਾਈਮ ਨਹੀਂ ਸੀ, ਸੋ ਇਸ ਕਰਕੇ ਮੈਂ ਨਾਈਟ ਵਿੱਚ ਆਇਆ। ਲਓ ਜੀ, ਅਸੀਂ ਘੁੰਮ ਲਿਆ ਹੈਗਾ ਜੀ ਆਪਣਾ ਜੱਬਲ ਅਲੀ ਦਾ ਏਰੀਆ, ਅਤੇ ਭਾਅ ਜੀ ਤਾਂ ਇੱਥੇ ਹੀ ਰਹਿੰਦੇ ਆ, ਮੈਂ ਚੱਲਿਆ ਹੁਣ ਵਾਪਸ ਆਪਣੇ ਰੂਮ, ਅਤੇ ਬਹੁਤ ਵਧੀਆ ਲੱਗਾ, ਕਿੰਨੇ ਦਿਨਾਂ ਬਾਅਦ ਆ ਗਏ ਵਾਪਸ। ਹੋਰ ਵੀ ਵਿੱਚ ਬੰਦਿਆਂ ਨੂੰ ਮਿਲੇ ਆਪਾਂ, ਲੇਕਿਨ ਉਹਨਾਂ ਦੀਆਂ ਦੁੱਖ ਭਰੀਆਂ ਕਹਾਣੀਆਂ ਸੁਣ ਲੀਆਂ, ਉਹ ਰਿਕਾਰਡ ਨਹੀਂ ਕੀਤੀਆਂ।
ਤੇ ਬਾਕੀ ਜਿਹੜੇ ਵੀਜ਼ਾ ਵੂਜ਼ਾ ਲੈ ਕੇ ਆਉਂਦੇ ਵੀ ਜਿਹੜਾ ਥੋੜ੍ਹਾ ਪਤਾ ਪੁਤਾ ਕਰਕੇ ਆਓ ਕਿਉਂ ਅਨਵਰ ਭਾਜੀ ਚੈੱਕ ਕਰਕੇ ਅਤੇ ਅਨਵਰ ਭਾਈ ਦਾ ਬੜਾ ਧੰਨਵਾਦ, ਟਾਈਮ ਕੱਢ ਕੇ ਆਏ, ਫਿਰ ਯਾਦਾਂ ਪੁਰਾਣੀਆਂ ਤਾਜ਼ੀਆਂ ਕੀਤੀਆਂ। ਚੰਗਾ, ਹੁਣ ਆਪਾਂ ਮਿਲਦੇ ਹਾਂ ਅਤੇ ਮੈਂ ਹੁਣ ਜਾ ਰਿਹਾ ਵਾਪਸ, ਭਾਈ ਹੁਣੀ ਆਪਣੇ ਰੂਮ 'ਚ ਜਾਣਗੇ। ਅਤੇ ਤੁਹਾਨੂੰ ਵੀਡੀਓ ਵਧੀਆ ਲੱਗੀ ਸ਼ੇਅਰ ਲਾਈਕ ਕਮੈਂਟ ਕਰ ਦਿਓ, ਮਿਲਾਂਗੇ ਇਸ ਤੋਂ ਬਾਅਦ ਹੋਰ ਨਵੀਂ ਵੀਡੀਓ ਦੇ ਵਿੱਚ। ਤਦ ਤੱਕ ਬਾਏ ਬਾਏ, ਸਤਿ ਸ਼੍ਰੀ ਅਕਾਲ, ਅਦਾਬ, ਸਲਾਮ, ਬਾਏ ਬਾਏ।